ਆਪਣਾ ਇਹ ਜਿਹੜਾ ਤੁਹਾਨੂੰ ਪਾਕਿਸਤਾਨੀ ਆਪਾਂ ਸ਼ਰਟ ਪੀਸ ਦਿੱਤੇ ਸੀਗੇ ਬਹੁਤ ਸਾਰੀਆਂ ਭੈਣਾਂ ਕੋਲੇ ਗਏ ਨੇ ਮੇਲਾ ਦਾ ਘੱਟੋ ਘੱਟ 20-25 ਸ਼ਰਟਾਂ ਅਸੀਂ ਦੇ ਚੁੱਕੇ ਤੇ ਇਹਨੂੰ ਅਸੀਂ ਇੱਕ ਭੈਣ ਨੇ ਸਾਡੇ ਤੋਂ ਸਟਿਚ ਕਰਵਾਇਆ ਹੇਠਾਂ ਲਾਈਨਿੰਗ ਲਗਾ ਕੇ ਇੱਕ ਨੰਬਰ ਡਾਰਕ ਲਾਈਨਿੰਗ ਲਗਾਈ ਉਹਦੇ ਨਾਲ ਇਹ ਚੀਜ਼ ਬਹੁਤ ਸੋਹਣੀ ਉੱਭਰ ਕੇ ਆਈ ਹੈ ਦੇਖੋ ਠੀਕ ਹੈ ਆਹ ਦੇਖੋ ਤੇ ਨਹੀਂ ਤਾਂ ਇਹਨੇ ਨਾਲ ਹੀ ਰਲ ਜਾਣਾ ਸੀ ਆਹ ਤੇ ਆਹ ਦੇਖੋ ਐਂ ਲੱਗਦਾ ਜਿਵੇਂ ਟੌਸ ਸੋਹਣ ਵਿੱਚ ਬਹੁਤ ਪਿਆਰੀ ਲੁੱਕ ਦਾ ਜਿਹੜਾ ਹੈ ਇਹ ਲੁੱਕ ਆਈ ਹੈ ਇਹਦੀ ਬਣ ਕੇ ਠੀਕ ਹੈ ਤੇ ਤੁਹਾਨੂੰ ਮੈਂ ਇਹਦਾ ਡਿਜ਼ਾਈਨਿੰਗ ਦਿਖਾਉਂਦੀ ਸੀ ਅਸੀਂ ਇਹਦੀ ਹਲਕੀ ਜਿਹੀ ਡਿਜ਼ਾਈਨਿੰਗ ਕੀਤੀ ਹੈ ਕਿਉਂਕਿ ਜ਼ਿਆਦਾ ਡਿਜ਼ਾਈਨਿੰਗ ਇਹਦੇ ਹੋ ਨਹੀਂ ਸਕਦੀ ਸੀ ਕਿਉਂਕਿ ਵਰਕ ਆਲਰੇਡੀ ਬਹੁਤ ਸੀਗਾ ਤੇ ਇਹਦੀ ਅਸੀਂ ਗਲੇ ਦੇ ਉੱਤੇ ਹਲਕੀ ਜਿਹੀ ਡਿਜ਼ਾਈਨਿੰਗ ਕੀਤੀ ਹੈ ਠੀਕ ਹੈ ਬਹੁਤ ਪਿਆਰਾ ਲੁੱਕ ਦੇ ਵਿੱਚ ਇਹ ਤੇ ਇਹਦੀਆਂ ਹਾਫ ਅੰਬਰੇਲਾ ਬਾਹਾਂ ਬਣਾ ਕੇ ਅਸੀਂ ਇਹਨੂੰ ਪਾਕਿਸਤਾਨੀ ਸਟਾਈਲ ਦੇ ਵਿੱਚ ਰੈਡੀ ਕੀਤਾ ਹੈ ਇਹ ਕਿਸੇ ਭੈਣ ਦਾ ਸਾਡੇ ਕੋਲੋਂ ਰੈਡੀ ਹੋ ਕੇ ਜਾਣਾ ਸੀ ਤੇ ਅਸੀਂ ਸੋਚਿਆ ਚਲੋ ਤੁਹਾਨੂੰ ਫਟਾਫਟ ਦਿਖਾ ਦਈਏ ਇੱਕ ਸ਼ਰਟ ਠੀਕ ਹੈ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਮੇਰੇ ਕੋਲ ਕ੍ਰੀਮ ਕਲਰ ਦਾ ਬਾਟਮ ਹੈਗਾ ਤੇ ਕ੍ਰੀਮ ਕਲਰ ਦੀ ਤੁਸੀਂ ਮੇਰੇ ਆਫ ਵਾਈਟ ਜੇ ਕਲਰ ਦੀ ਹਾਈਲਾਈਟਿੰਗ ਕਰ ਦਿਓ ਇਹ ਅਸੀਂ ਭੈਣ ਦਾ ਜਿਹੜਾ ਹੈ ਸੂਟ ਬਹੁਤ ਉਮੀਦ ਹੈ ਉਹਨੂੰ ਬਹੁਤ ਪਸੰਦ ਆਊਗਾ ਬਹੁਤ ਕਿਊਟ ਜੀ ਲੁੱਕ ਦੇ ਵਿੱਚ ਰੈਡੀ ਹੋਇਆ ਲਓ ਜੀ